ਮਨ ਮੀ ਵੇ ਸੁਣ ਸ਼ਬਦ ਵਿਚਾਰਾ ਮਨ ਮੀ ਵੇ ਸੁਣ ਸ਼ਬਦ ਵਿਚਾਰਾ ਜਿਉਂ ਝਮ ਵਰਸੈ ਉਰਤ ਧਾ ਮਨ ਮੀ ਵੇ ਸੁਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਸਹਜੇ ਸਹਜੇ ਅਸਮੇਤ ਸਹਿਜ ਪਾਠ ਕਰਦੇ ਆ ਅੱਜ ਪਹੁੰਚੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 325 ਦੇ ਉਪਰੰਕਿਤ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਗੌੜੀ ਰਾਗ ਦੇ ਵਿੱਚ 7 ਸ਼ਬਦਾਂ ਦੇ ਵਿਚਾਰ ਪਿਛੇ ਕੀਤੀ ਸੀ ਜਿਹੜੇ ਭਗਤ ਕਬੀਰ ਜੀ ਦਾ 8ਵਾਂ ਸ਼ਬਦ ਹੈ ਚਾਰ-ਚਾਰ ਪਦਿਆਂ ਦੇ ਸ਼ਬਦ ਗੌੜੀ ਕਬੀਰ ਜੀ ਭਗਤ ਕਬੀਰ ਜੀ ਗੌੜੀ ਰਾਗ ਦੇ ਵਿੱਚ ਸਾਨੂੰ ਸਿਖਾ ਰਹੇ ਨੇ ਅੰਧਕਾਰ ਸੁਖ ਕਬਹ ਨਾ ਸੋਈ ਹੈ ਅੰਧਕਾਰ ਲੈਕ ਆਫ ਨੋਲੇਜ ਸਾਨੂੰ ਆਪਣੇ ਸਵਭਾਵ ਪਰਚੋਲਣਾ ਨਹੀਂ ਆਉਂਦਾ ਗਿਆਨ ਨਹੀਂ ਆਪਣੀ ਸੋਚ ਨਹੀਂ ਪਰਚੋਲਣੀ ਆਉਂਦੀ ਆਪਣੇ ਸੋਚ ਸਵਭਾਵ ਦੀਆਂ ਕਮਜ਼ੋਰੀਆਂ ਨਹੀਂ ਦੇਖਣੀਆਂ ਆਉਂਦੀਆਂ ਆਪਣੇ ਸਵਭਾਵ ਦੀਆਂ ਕਮਜ਼ੋਰੀਆਂ ਕਰਕੇ ਘਰ ਵਿੱਚ ਖਿਲਾਰਾ ਪਾ ਲੈਣੇ ਸਮਝ ਹੀ ਨਹੀਂ ਆਉਂਦੀ ਜਿੱਦਾਂ ਆਪਣੇ ਸਵਭਾਵ ਨੂੰ ਬਦਲੀਏ ਸੋਝੀ ਨਹੀਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜਿੰਨਾ ਚਿਰ ਨਹੀਂ ਮੰਨਾਂਗੇ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜਿਉਂ ਕਿ ਜਿੰਨਾ ਚਿਰ ਜੀਵਨ ਦਾ ਤਜਰਬਾ ਨਹੀਂ ਆਏਗਾ ਉਹਨਾਂ ਚਿਰ ਗਿਆਨ ਨਹੀਂ ਮਿਲਦਾ ਇਹ ਜੋ ਪ੍ਰਭੂ ਦੇ ਮਾਰਗ ਦੇ ਗਿਆਨ ਤੋਂ ਸਖਣਾ ਹੈ ਅੰਧਕਾਰ ਇਹਦੇ ਵਿੱਚ ਸੁੱਖ ਕਬੈ ਨਸੋਈ ਹੈ ਕਦੀ ਸੁੱਖਾਂ ਦੀ ਨੀਂਦ ਨਹੀਂ ਭਵ ਸੁੱਖ ਨਹੀਂ ਮਾਨ ਸਕਦਾ ਸਾਰੀ ਜ਼ਿੰਦਗੀ ਚਿੰਤਾ ਦੀ ਚਿਖਾ ਦੁੱਖਾਂ ਦੇ ਵਿੱਚ ਚੱਲ ਰਿਹਾ ਰਾਜਾ ਰੰਕ ਦਉ ਮਨ ਰੋਈ ਹੈ ਭਾਵੇਂ ਕੋਈ ਰਾਜਾ ਹੈ ਭਾਵੇਂ ਜੀ ਦੇ ਕੋਲੇ ਅਮੀਰੀ ਹੈ ਸੁੱਖ ਸਹੂਲਤਾਂ ਨੇ ਚਾਹੇ ਕੋਈ ਗਰੀਬ ਹੈ ਹਰ ਕੋਈ ਜ਼ਿੰਦਗੀ ਦੇ ਰੋਣੇ ਰੋਂਦਾ ਹੈ ਜ਼ਿੰਦਗੀ ਦੁਖੀ ਹੈ ਜੋ ਪੈ ਰਸਨਾ RAM ਨਾ ਕਹਿਬੋ ਜਿਨ੍ਹਾਂ ਚ ਤੇਰੀ ਸੁਰਤ ਰੱਬ ਦੇ ਉਪਦੇਸ਼ਾਂ ਵਿੱਚ ਮੰਨਨ ਨੂੰ ਭਿਜਦੀ ਨਹੀਂ ਗਿਆਨ ਰੂਪੀ ਨਾਮ ਨੂੰ ਮੰਨਣ ਦਾ ਪਿਆਰ ਨਹੀਂ ਜਾਗਦਾ ਉਹਦੇ ਗੁਣਾ ਵਾਲਾ ਜੀਵਨ ਜਿਉਣ ਦਾ ਪਿਆਰ ਨਹੀਂ ਜਾਗਦਾ ਜਿਨ੍ਹਾਂ ਚ ਰੇ ਸੁਰਤ ਰਸ ਨਹੀਂ ਮਾਨਦੀ ਉਹਦੇ ਪਿਆਰ ਵਿੱਚ ਭਿੱਜ ਕੇ ਈਸ਼ਵਰ ਤੇ ਜਦੋਂ ਰੱਬੀ ਵਿਚਾਰਾਂ ਕਰਦੀ ਹੈ ਰੱਬੀ ਵਿਚਾਰਾਂ ਸੁਣਦੀ ਹੈ ਮੰਨਣ ਨੂੰ ਤਿਆਰ ਹੁੰਦੀ ਹੈ ਉਹਦੇ ਪਿਆਰ ਵਿੱਚ ਭਿੱਜਦਾ ਹੈ ਮਨ ਅੱਜ ਕਿਤੇ ਜਾ ਕੇ ਤੇਰੇ ਜੀਵਨ ਵਿੱਚ ਬਦਲਾਅ ਹੋਣਾ ਹੈ ਪਿਆਰਿਆ ਸਤ ਸੰਗਤ ਦੇ ਵਿੱਚ ਕਥਾ ਕੀਰਤਨ ਗੁਰਬਾਣੀ ਦਾ ਪਾਠ ਕਰਦੇ ਆਂ ਸੁਣਦੇ ਆਂ ਕੀਰਤਨ ਕਥਾ ਸੁਣਦੇ ਆਂ ਮਨ ਭਿੱਜਣਾ ਚਾਹੀਦਾ ਜਿਨਾ ਤੇਰੇ ਮਨ ਨੀ ਨ ਭਜਦਾ ਉਪਜਿਤ ਬਿੰਸਤ ਰੋਬਤ ਰਹ ਬ ਰਹਾ ਤਤ ਸਾਰ ਹੈ ਸੈਂਟਰਲ ਆਈਡੀਆ ਤੇਰੇ ਅੰਦਰ ਉਪਜਿਤ ਬਿੰਸਤ ਇਹ ਜਨਮ ਮਰਨ ਚੱਲੇਗਾ ਤੇਰੇ ਅੰਦਰ ਔਗਣ ਉਪਜਦੇ ਨੇ ਹੁਣ ਬਿੰਸ ਜਾਂਦੇ ਨੇ ਕਦੀ ਤੇਰੇ ਅੰਦਰ ਹੰਕਾਰ ਵਿਖਾਵਾ ਪੈਦਾ ਹੋ ਜਾਂਦਾ ਨਿਮਰਤਾ ਸਾਦਗੀ ਮਰ ਜਾਂਦੀ ਹੈ ਕਦੀ ਤੇਰੇ ਅੰਦਰ ਨਫਰਤ ਦੀ ਅਨਸਫੈਦਾ ਹੁੰਦੀ ਹੈ ਨਿੰਦਾ ਚੁਗਲੀ ਦੀ ਆਦਤ ਦਾ ਜਨਮ ਹੁੰਦਾ ਹੈ ਤੈਨੂੰ ਗੁਣ ਦੇਖਣ ਦੀ ਬਿਰਤੀ ਮਰ ਜਾਂਦੀ ਹੈ ਤੇਰੇ ਅੰਦਰ ਚੱਲਦਾ ਰਹੇਗਾ ਜਿੰਨਾ ਚਿਰ ਸੁਰਤ ਇਸ ਮਾਰਗ ਦਾ ਰਸ ਨਹੀਂ ਮਾਣਦੀ ਦੂਸਰੀ ਗੱਲ ਰੋਬਿਤ ਰਹੇ ਬੋ ਤੇਰੀ ਜ਼ਿੰਦਗੀ ਦੇ ਰੋਣੇ ਘਰ ਵਿੱਚ ਬੜੇ ਪੱਖਾਂ ਤੋਂ ਤੂੰ ਦੁਖੀ ਜ਼ਿੰਦਗੀ ਤੋਂ ਦੁਖੀ ਇਹ ਰੋਣਾ ਤੇਰੇ ਪੱਲੇ ਪੈਂਦਾ ਰਹ ਗਿਆ ਪਿਆਰਿਆ ਉਹਦੇ ਪਿਆਰ ਵਿੱਚ ਭਿੱਜ ਜਾਸ ਦੇਖੀ ਹੈ ਤਰਵਰ ਕੀ ਛਾਇਆ ਇਹਨੇ ਜਿਵੇਂ ਬ੍ਰਿਕਸ਼ ਦੀ ਸ਼ਾਨ ਦੇਖੀ ਹੈ ਨਾ ਕੋਈ ਇਕ ਥਾਂ ਤੇ ਟਿਕਦੀ ਨਹੀਂ ਫਕੀਰ ਰਾਤ ਪੈਂਦੀ ਹੈ ਸ਼ਾਮ ਮਰ ਜਾਂਦੀ ਹੈ pran gaye ka ka ki maya ਅਜਿਹੜੇ ਰਾਸ ਜਿਹੜੀਆਂ ਪ੍ਰਾਪਤੀਆਂ ਦੁਨਿਆਵੀ ਪ੍ਰਾਪਤੀਆਂ ਪਿੱਛੇ ਭੱਜਿਆ ਫਿਰ ਰਹੇ ਆ ਤੇ ਤੂੰ ਘਰ ਨਹੀਂ ਸੰਭਾਲਿਆ ਜਾਂਦਾ ਤੇ ਤੂੰ ਬੱਚੇ ਨਹੀਂ ਸੰਭਾਲੇਗੇ ਘਰ ਵਿੱਚ ਸਿੱਖੀ ਗੁਰਮਤਿ ਨਹੀਂ ਸਮਾਦੀ ਗਈ ਪਿਆਰਿਆ ਇਹ ਜਿਹੜੀ ਖਿੱਚ ਹੈ ਨਾ ਤੇਰੇ ਅੰਦਰ ਰੋਂਗ ਅਟੈਂਸ਼ਨ ਮਾਇਆ ਇਤਬ ਰਕਸ਼ ਦੀ ਸ਼ਾਂ ਵਰਗੀ ਹੈ ਪਿਆਰਿਆ ਉਹ ਸ਼ਾਂ ਕਦੀ ਟਿੱਕੀ ਨਹੀਂ ਇਹ ਮਾਇਆ ਵੀ ਕਦੀ ਟਿਕਦੀ ਨਹੀਂ ਆਖਵਾ ਜਾ ਸਜੰਤੀ ਮਹਿ ਜਿਓ ਸਮਾਨ ਕਹਿੰਦੇ ਜਿਵੇਂ ਕੋਈ ਜੰਤੀ ਹੁੰਦਾ ਸਾਜ 뮤지컬 ਇਨਸਟਰੂਮੈਂਟ ਬਜਾਇਆ ਜਾਂਦਾ ਨਾ ਵਾਜਾ ਹਰਮੋਨੀਅਮ ਸਰੰਗੀ ਸੰਤੀ ਸਾਜ ਕਿੰਨੇ ਤਰ੍ਹਾਂ ਦੇ ਸਾਜ ਨੇ ਜਦੋਂ ਬਜਾਏ ਜਾਂਦੇ ਨੇ ਉਹਦੇ ਵਿੱਚੋਂ ਰਾਗ ਨਿਕਲਦਾ ਜੀਓ ਰਾਗ ਦੀ ਜਿੰਦ ਹੈ ਉਹ ਸੰਗੀਤ ਦੀ ਜਿੰਦ ਹੈ ਰਾਗ ਨਿਕਲਦਾ ਜਦੋਂ ਉਹ ਵਜਾਉਣਾ ਛੱਡ ਦਿੱਤਾ ਜਾਂਦਾ ਵਿੱਚ ਹੀ ਸਮਾ ਜਾਂਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਹੀ ਗਿਆ ਇਸੇ ਤਰ੍ਹਾਂ ਮੂਏ ਮਰਮਕੋ ਕਾ ਕਰ ਜਾਣਾ ਇਸੇ ਤਰ੍ਹਾਂ ਜਦੋਂ ਸਰੀਰ ਮਰ ਜਾਂਦਾ ਨਾ ਤਾਂ ਕਰ ਜਾਣਾ ਕੁਝ ਨਹੀਂ ਪਤਾ ਕਿੱਧਰ ਗਿਆ ਹੰਸਾਂ ਸਰਵਰ ਕਾਲ ਸਰੀਰ ਜਿਵੇਂ ਹੰਸਾਂ ਵਾਸਤੇ ਮਾਨਸ ਰੋਵਰ ਹੈ ਸਰੀਰ ਵਾਸਤੇ ਮੌਤ ਹੈ ਕੀਤੇ ਮਤ ਚਲੇ ਜਾਣੇ ਪਿਆਰਿਆ ਜੀਵਨ ਦੀ ਵੈਲਿਊ ਸਮਝ ਜਿੰਨਾ ਕਿ ਚਿਰ ਮਿਲੀ ਹੋਈ ਹੈ ਦੂਜਿਆਂ ਲਈ ਜਿਉਣਾ ਸਿੱਖ ਆਪਾ ਵਾਰ ਪਰਪਕਾਰ ਹੋਰ ਗੁਰੂ ਪਾਤਸ਼ਾਹ ਨੇ ਸਾਡੇ ਲਈ ਪਰਿਵਾਰ ਵਾਰਿਆ ਗੁਰੂ ਦੀ ਕੌਮ ਨਹੀਂ ਕੁਛ ਕਰੀਏ RAM RASAYAN PIORE KABEER ਭਗਤ ਕਬੀਰ ਜੀ ਕਹਿੰਦੇ ਪਿਆਰਿਆ ਉਸ ਰਾਮ ਦੇ ਰਸ ਨੂੰ ਪੀ ਉਹਦੇ ਗੁਣਾ ਵਾਲਾ ਜੀਵਨ ਜਿਉਣਾ ਗੁਣਾ ਦਾ ਸ਼ੁਕਰਾਨਾ ਕਰਨਾ ਗੁਣਾ ਦਾ ਪਰਪਕਾਰ ਕਰਨਾ ਬੜਾ ਕਮਾਲ ਦਾ ਰਸ ਹੈ ਬੜਾ ਰਸ ਕੋਈ ਵਿਰੋਧ ਕਰਦਾ ਹੈ ਕੋਈ ਨਿੰਦਾ ਕਰਦਾ ਹੈ ਕੋਈ ਰਕਾਵਟਾਂ ਖੜੀਆਂ ਕਰਦਾ ਹੈ ਇਹ ਰਸ ਐਸਾ ਇੱਕ ਆਨੰਦ ਦਿੰਦਾ ਹੈ ਕਿ ਜਜ਼ਬਾ ਦਿੰਦਾ ਹੈ ਕਿ جنੂਨ ਪੈਦਾ ਕਰ ਦਿੰਦਾ ਹੈ ਵੀਰੂ ਕੇ ਪਿਆਰੇ ਫਿਰ ਅੱਗੇ ਵਧਦੇ ਰਹਿੰਦੇ ਆਪਾਸ ਸਮਰਪਿਤ ਕਰਦੇ ਵਾਹਿਗੁਰੂ ਜੀ ਨੂੰ ਇਹ ਰਸ ਨੂੰ ਪੀ ਬੜਾ ਰਸ ਐਸ ਵਿੱਚ ਮੰਨਣ ਦਾ ਰਸਤਾ ਮਾਨ ਗੌੜੀ ਕਬੀਰ ਜੀ ਅਗਲਾ ਨੌਵਾਂ ਸ਼ਬਦ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦਾ ਜੋਤ ਕੀ ਜਾਤ ਜਾਤ ਕੀ ਜੋਤੀ ਅੰਦਰ ਸਾਡੇ ਜੋਤ ਹੈ ਰੱਬ ਦੀ ਉਸ ਜੋਤ ਵਿੱਚ ਉਹ ਸਰੀਰ ਬਣਿਆ ਤੇ ਉਹ ਪਹਿਚਾਨ ਹੈ ਇਹ ਜੋਤ ਪੰਛੀਆਂ ਦੇ ਅੰਦਰ ਵੀ ਉਹਦੇ ਸਰੀਰ ਕਰਕੇ ਉਹਦੀ ਪਹਿਚਾਨ ਉਹਦੀ ਜਾਤ ਉਹਨੂੰ ਪੰਛੀ ਕਹਿ ਦਿੰਦੇ ਨੇ ਇਹ ਸਰੀਰ ਇਹ ਜੋਤ ਉਸ ਸਰੀਰ ਵਿੱਚ ਵੀ ਹੈ ਜਿਹਦੇ ਚਾਰ ਪੈਰ ਇੱਕ ਪੂੰਛ ਤੇ ਸਿੰਗ ਲਾਏ ਹੋਏ ਨੇ ਦੁਨੀਆ ਪਸ਼ੂ ਕਹਿੰਦੀ ਹੈ ਉਹਦੇ ਚ ਜਾਤ ਹੈ ਇਹ ਹਰ ਪਹਿਚਾਨ ਹਰ ਸਰੀਰ ਦੇ ਅੰਦਰ ਉਹਦੀ ਜੋਤ ਕਰਕੇ ਜੋਤੀ ਸੋਜੀ ਹੈ ਬੁੱਧੀ ਅਬ ਮੈਂ ਜੋਤ ਜੋਤ ਹੈ ਸੋਇ ਇਸ ਦਾ ਚਾਨਣ ਅਬ ਮੈਂ ਚਾਨਣ ਹੈ ਚਾਨਣ ਸੋਜੀ ਇੱਥੇ ਜੋਤੀ ਕੀ ਹੈ ਤੇਤ ਲੱਗਿਆ ਕੰਚੂਆ ਫਲ ਮੋਤੀ ਉਹ ਜਿਹੜੀ ਅੰਦਰ ਬੁੱਧੀ ਹੈ ਨਾ ਅੰਦਰ ਸੋਜੀ ਹੈ ਉਹਨੂੰ ਦੋ ਫਲ ਲੱਗਦੇ ਨੇ ਕੰਚੂਆ ਕੱਚੇ ਫਲ ਤੋੜੇ ਮੋਤੀ ਕੀਮਤੀ ਐਸੇ ਬੁੱਧੀ ਵਿੱਚੋਂ ਔਗਣ ਨਿਕਲਦੇ ਨੇ ਐਸੇ ਵਿੱਚੋਂ ਗੁਣ ਨਿਕਲਦੇ ਨੇ ਆਖੋ ਵਾਹਿਗੁਰੂ ਜਦੋਂ ਗੁਰੂ ਦੇ ਉਪਦੇਸ਼ ਮੰਨੇਗਾ ਗੁਣਾਂ ਦੇ ਮੋਤੀ ਪੈਦਾ ਹੋ ਜਾਣਗੇ ਹृदय ਉਪਦੇਸ਼ਾਂ ਦੀ ਉਲੰਘਣਾ ਕਰੇਗਾ ਨਿੰਦਾ ਚੁਗਲੀ ਦੀ ਆਦਤ ਸ਼ੰਕਾਰ ਵਿਖਾਵੇ ਦੀ ਆਦਤ ਅੜੇਵੰਦੀਆਂ ਦੀ ਆਦਤ ਕੱਚੇ ਫਲ ਲੱਗ ਜਾਣਗੇ ਕਬਨਸੋ ਘਰ ਜੋ ਨਿਰਭਉ ਕਹੀ ਹੈ ਉਹ ਹਿਰਦਾ ਕਿਹੜਾ ਜਿਹਨੂੰ ਭੈ ਨਹੀਂ ਹੈ ਨਿਰਭਉ ਹੈ ਤਾਂ ਕਿਹੜਾ ਹੈ ਪਉ ਪੱਜ ਜਾਏ અપਏ ਹੋਏ ਰਹੀ ਹੈ ਰਹਾਉ ਸੈਂਟਰਲ ਆਈਡੀਆ ਹੈ ਰਹਾਉ ਪਦਾ ਹੈ ਉਹ ਨਿਰਭਉ ਨੂੰ ਜਪਦੇ ਨੇ ਜਪਨ ਤੋਂ ਪਾਵ ਉਹਦੇ ਨਿਜ਼ਮ ਨੂੰ ਫੋਲੋ ਕਰਦੇ ਨੇ ਰੱਬ ਦਾ ਨਿਜ਼ਮ ਨਿਰਭਉ ਹੈ ਨੋਟ ਕਰਿਓ ਬਾਣੀ ਦਾ ਨਿਜ਼ਮ ਨੀਵੇਂ ਪਾਸੇ ਨੂੰ ਜਾਣਾ ਹੈ ਨਿਰਭਉ ਹੈ ਕਿਸੇ ਨਾਲ ਕੋਈ ਲਿਹਾਜ਼ ਨਹੀਂ ਅੱਗ ਨੇ ਸਾੜਨਾ ਕਿਸੇ ਨਾਲ ਲਿਹਾਜ਼ ਨਹੀਂ ਉਹਦੇ ਕੁਦਰਤ ਵਿੱਚ ਜਿੰਨੇ ਨਿਜ਼ਮ ਨੇ ਨਿਰਭਉ ਨੇ ਤੇ ਜਿਹੜਾ ਨਿਜ਼ਮ ਨੂੰ ਫੋਲੋ ਕਰਦਾ ਉਹਨੂੰ ਨਿਰਭਉ ਦੇ ਗੁਣ ਦੀ ਸਮਝ ਆ ਜਾਂਦੀ ਹੈ ਨਿਰਭਉ ਹੋ ਕੇ ਪਰਪਕਾਰ ਕਰਦੇ ਨੇ ਇਰੇ ਰਬ ਦੇ ਉਪਦੇਸ਼ ਜਿਹੜੇ ਨੇ ਉਹ ਵੀ ਨਿਰਪਾਉ ਨੇ ਕਿਸੇ ਦਾ ਪੈ ਨਹੀਂ ਜਿਨੇ ਮੰਨ ਲਿਆ ਉਹਦਾ ਜੀਵਨ ਸੰਵਰ ਗਿਆ ਜਿਨੇ ਨਾ ਮੰਨਿਆ ਉਹਦਾ ਜੀਵਨ ਵਿਗੜ ਗਿਆ ਰੱਬੀ ਉਪਦੇਸ਼ ਨੂੰ ਮੰਨਣਾ ਵੀ ਨਾਮ ਨੂੰ ਜਪਣਾ ਹੈ ਅਰੋਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਉਹਦੀ ਪੈਪਾਪਨੀ ਵਿੱਚ ਫਸਲੇ ਲੈਣੇ ਪਿਆਰਿਆ ਜੇ ਇਸ ਤਰ੍ਹਾਂ ਨਿਰਪਾਉ ਨੂੰ ਜਪੇਗਾ ਤਾਂ ਨਿਰਪਾਉ ਹੋ ਸਕੇਗਾ ਉਹ ਹਿਰਦਾ ਨਿਰਪਾਉ ਹੈ ਜਿਹੜਾ ਉਹਦੇ ਰਸ ਨੂੰ ਮਾਣਦਾ ਹੈ ਆਟਾ ਤੀਰਥ ਨਹੀਂ ਮਨਪਤੀ ਆਏ ਅਜਨੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਨਾ ਉਹਨਾਂ ਦਾ ਮਨ ਜ਼ਰੂਰੀ ਨਹੀਂ ਹੈ ਭਿੱਜਦਾ ਹੈ ਜ਼ਰੂਰੀ ਨਹੀਂ ਉਹਨਾਂ ਨੇ ਨਿੰਦਾ ਛੱਡ ਦਿੱਤੀ ਢੜੇ ਬੰਦੀਆਂ ਚੋਂ ਨਿਕਲ ਆਏ ਵੀ ਹੰਕਾਰ ਛੱਡ ਦਿੱਤਾ ਖਾਵਾ ਛੱਡ ਦਿੱਤਾ ਨਹੀਂ ਇਹਦੇ ਨਾਲ ਨਹੀਂ ਮਨੁਸਪਾਸੇ ਤੁਰੇ ਧਰਮ ਦੇ ਕਰਮ ਨਹੀਂ ਮੈਨੇ ਰੱਖਦੇ ਧਰਮ ਦੇ ਉਪਦੇਸ਼ ਮੈਨੇ ਰੱਖਦੇ ਚਾਰ ਆਚਾਰ ਰਹੇ ਔਰ ਜਾਏ ਉਹ ਤਾਂ ਚੰਗੇ ਮਾੜੇ ਕਰਮਾਂ ਦੀਆਂ ਬਾਸ਼ਨਾਵਾਂ ਵਿੱਚ ਉਲਝੇ ਹੋਏ ਨੇ ਚੰਗੇ ਕਰਮ ਕਰਨ ਵਿੱਚ ਵੀ ਬਾਸ਼ਨਾਵਾਂ ਪਾਈ ਬੈਠੇ ਨੇ ਮੈਂ ਆਹ ਸੇਵਾ ਕਰਾਂ ਮੈਨੂੰ ਆਹ ਮਿਲ ਜਾਵੇ ਰਮਾਲਾ ਕੀਤਾ ਕੀਤਾ ਅਰਦਾਸ ਪਤਕੀ ਕੀਤੀ ਜੀ ਇਹਨਾਂ ਦੇ ਲੋਕ ਪਰਲੋਕ ਵਿੱਚ ਪੜਦੇ ਖੱਜ ਨੇ ਸੌਦੇ ਬਾਜੀ ਆਦ ਹੋ ਗਈ ਆ ਸੇਵਾ ਕੀਤੀ ਜੀ ਇਹਨਾਂ ਨੇ ਇਹ ਸੇਵਾ ਦੇ ਬਦਲੇ ਆ ਕੁਝ ਮੰਗ ਲਿਆ ਸੇਵਾ ਥੋੜੀ ਮੰਗਣ ਬਹੁਤਾ ਮੰਗ ਬਹੁਤ ਵੱਡੀ ਮੰਗੀ ਹੈ ਕੀਮਤੀ ਮੰਗੀ ਹੈ सेवा थोड़ी जी कीती है चार-चार उलझे हुए ने बुरे पासे ਤਨ ਵਾਲਾ ਵੀ ਵਾਸ਼ਨਾਵਾਂ ਵਿੱਚ ਉਲਝਿਆ ਹੋਇਆ ਚੰਗੇ ਪਾਸੇ ਤਨ ਵਾਲਾ ਵੀ ਵਾਸ਼ਨਾ ਚ ਉਲਝਿਆ ਅਸਲੀ ਮਾਰਗ ਜਾਣ ਹੀ ਨਹੀਂ ਸਕੇ ਪਾਪ ਪੁੰਨ ਦੋਏ ਇਕ ਸਮਾਨ ਇਹ ਚੰਗੇ ਤੇ ਮਾੜੇ ਕਰਮ ਪਾਪ ਤੇ ਪੁੰਨ ਇੱਕੋ ਜਿਹੀ ਆ ਉਹ ਵੀ ਵਾਸ਼ਨਾ ਕਰਕੇ ਕਰੇ ਵੀ ਵਾਸ਼ਨਾ ਕਰਕੇ ਉਹ ਵੀ ਇਛਾਵਾ ਕਰਕੇ ਵੀ ਇਛਾਵਾ ਕਰਕੇ ਅਸਲੀ ਮਾਰਗ ਪਿਆਰਿਆ ਨਿਜ ਕਰ પારਸ ਤਜੋ ਗੁਣਾਨ ਇਰੇ ਅੰਦਰ ਉਹ ਪਾਰਸ ਉਹ ਕੀਮਤੀ ਗੁਣ ਨੇ ਰੱਬ ਦੀ ਜੋਤ ਹੈ ਉਸ ਨੂੰ ਸਮਝ ਬਾਕੀ ਸਭ ਛੱਡ ਦੇ ਹਰ ਵਾਂ ਤੋਂ ਉੱਪਰ ਉੱਠ ਉਪਦੇਸ਼ ਮੰਨਣ ਤਰ ਆਪਣੇ ਆਪ ਨੂੰ ਪਰਚੋਲ ਆਪਣੇ ਅੰਦਰੋਂ ਰੱਬ ਨੂੰ ਪਰਚੋਲ ਕੇ ਉਹਦੀ ਪੈ ਪਾਪ ਨਹੀਂ ਮੇਜੀ ਬੰਝੋ ਕਬੀਰ ਨਿਰਗੁਣ ਨਾਮ ਨਾਰੋਸ ਸਤ ਕਬੀਰ ਜੀ ਕਹਿੰਦੇ ਜਿਹੜਾ ਨਿਰਗੁਣ ਸੁਭਾਅ ਹੋਇਆ ਨਾ ਖੜੇ ਬੰਦਿਆਂ ਦੀਆਂ ਹੱਤਾਂ ਵਾਲਾ ਹੰਕਾਰ ਵਿਖਾਵੇ ਵਾਲਾ ਨਿੰਦਾ ਚੁਗਲੀ ਵਾਲਾ ਉਹ ਰੱਬੀ ਉਪਦੇਸ਼ ਦੀ ਗੱਲ ਕਰੋ ਤੇ ਉਹਨੂੰ ਰੰਜਿਸ਼ ਆਉਂਦੀ ਅੰਦਰੂਕ ਚੀਚੀਆਂ ਪੜਦਾ ਉਹਨੂੰ ਚੰਗਾ ਨਹੀਂ ਲੱਗਦਾ ਰੋਸ ਕਰਦਾ ਕਿਉਂ ਕਿ ਆ ਮੈਨੂੰ ਇਸ ਕੱਟਣ ਵਾਲਾ ਗੱਲ ਹੀ ਨਹੀਂ ਸੁਣਨੀ ਚਾਹੁੰਦਾ ਅੰਮ੍ਰਿਤ ਛੱਕਣ ਦੀ ਨਸ਼ਾ ਕਰਨ ਵਾਲਾ ਨਸ਼ਾ ਛੱਡਣ ਦੀ ਗੱਲ ਨਹੀਂ ਸੁਣਨੀ ਚਾਹੁੰਦਾ ਰੋਸ ਹੈ ਅੰਦਰ ਇਸ ਪਰਚਾਏ ਪਰਚ ਰਹੇ ਇਸ ਇਧਰ ਧੰਨ ਵਾਸਤੇ ਤਾਂ ਚਾਰਿਆ ਇਹਦੇ ਵਿੱਚ ਪਰਚਿਆ ਰਾਇ ਪ੍ਰੀਤ ਪੈਦਾ ਕਰ ਪ੍ਰੇਮ ਦੇ ਰਸ ਵਿੱਚ ਪੈਜ ਕਰਮ ਕਾਂਡਾਂ ਕਰਕੇ ਨਹੀਂ ਅੰਦਰਿਕ ਤੜਫ ਹੋਵੇ ਮੈਂ ਗੁਣਾ ਵਾਲਾ ਜੀਵਨ ਜਿਉਣਾ ਤੇ ਪਰਪਕਾਰੀ ਜੀਵਨ ਜਿਉਣਾ ਹੈ ਅੰਦਰਿਕ ਤੜਫ ਹੋਵੇ ਮੈਂ ਗੁਰੂ ਦਾ ਹੁਕਮ ਮੰਨਣਾ ਤੇ ਗੁਰੂ ਦੇ ਹੁਕਮ ਅਨਸਾਰ ਉਪਦੇਸ਼ ਅਨਸਾਰ ਜੀਵਨ ਜਿਉਣਾ ਹੈ ਗੋੜੀ ਕਬੀਰ ਜੀ ਫਕਤ ਕਬੀਰ ਜੀ ਦਾ ਗੋਦੀ ਰਾਗ ਦਾ 10ਵਾਂ ਸ਼ਬਦ ਹੈ ਜੋ ਜਨ ਪਰਮਿਤ ਪਰਮਨ ਜਨ ਪਰਮਿਤਾ ਜਿਹੜਾ ਮਨੁੱਖ ਪਰਮਿਤ ਦੇ ਅਰਥ ਹੈ ਮਿਤਤ ਤੋਂ ਪਰੇ ਬਿਆਨਤਾ ਪਰਮਨ ਕਲਪਨਾ ਤੋਂ ਪਰੇ ਮਨ ਜਿਹੜਾ ਮਨ ਕਲਪਨਾ ਤੋਂ ਪਰੇ ਹੋ ਗਿਆ ਚਿੰਤਾਵਾਂ ਤੋਂ ਉੱਪਰ ਉਠਿਆ ਫਿਕਰ ਨਹੀਂ ਰੱਬ ਨੂੰ ਸਮਰਪਿਤ ਹੋਣਾ ਜੋ ਮਰਜੀ ਹਾਲਾਤ ਹੋਣ ਉਹ ਮੇਰੇ ਪਿਆਰੇ ਦੀਆਂ ਖੇਡਾਂ ਨੇ ਉਪਖਸ਼ਾਂ ਤੱਕ ਪਹੁੰਚਣ ਵਾਸਤੇ ਗਲੀਆਂ ਨੇ ਕਲਪਨਾ ਲੋਭ ਲਾਲਚ ਵਿੱਚ ਨਹੀਂ ਤਮੋਗੁਣ ਵਿੱਚ ਨਹੀਂ ਇਛਾਵਾ ਮੰਗਾ ਵਿੱਚ ਨਹੀਂ ਉਸ ਨੇ ਉਸ ਬਿਆਨਤ ਨੂੰ ਜਾਣ ਲਿਆ ਸਾਂਝ ਪਾ ਲਈ ਬਾਕੀ ਤਾਂ ਲੋਕ ਐਵੇਂ ਗੱਲਾਂ ਬਾਤਾਂ ਹੀ ਕਰਦੇ ਨੇ ਬਾਤ ਤਾਂ ਨਹੀਂ ਬੈਕ ਹੁੰ ਤੋਂ ਸਮਾਨਾ ਕੱਲਾਂ ਬਾਤਾਂ ਨਾ ਕਹਿੰਦੇ ਜੀ ਆਹ ਕਰਮ ਕਰਾਂਗੇ ਜੀ ਸਵਰਗ ਵਿੱਚ ਜਾਵਾਂਗੇ ਇਹਦੇ ਨਾਲ ਸਵਰਗ ਮਿਲੇਗਾ ਜੀ ਇਹਦੇ ਨਾਲ ਮੁਕਤੀ ਮਿਲੇਗੀ ਜੀ ਨਾ ਜਾਣਾਂ ਵੈਕੁੰਠ ਕਹਾਂ ਹੀ ਉਹਨਾਂ ਨੂੰ ਪਤਾ ਹੀ ਨਹੀਂ ਐ ਵੈਕੁੰਠ ਐ ਕਿੱਥੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ ਜਦੋਂ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੇ ਨੇ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਆ ਪਤਾ ਹੀ ਨਹੀਂ ਇਹਨਾਂ ਨੂੰ ਗੁਰਬਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਭਗਤ ਬੇਣੀ ਜੀ ਦਾ ਸ਼ਬਦ ਹੈ ਮਰਨ ਮੁਕਤ ਕਿਨ ਪਾਈ ਨਿੰਦਾ ਦੀਆਂ ਆਦਤਾਂ ਤੋਂ ਮੁਕਤ ਹੋਣਾ ਸਾਧ ੜੇ ਬੰਦੀਆਂ ਵਾਲੇ ਸੁਭਾਅ ਤੋਂ ਮੁਕਤ ਹੋਣਾ ਅਹੰਕਾਰ ਨਫ਼ਰਤ ਲੋਭ ਲਾਲਚ ਤੋਂ ਮੁਕਤ ਹੋਣਾ ਹੈ ਅਕਰੋਧ ਦੀ ਕੁੜੱਤਨ ਤੋਂ ਮੁਕਤ ਹੋਣਾ ਹੈ ਇਹ ਤੋਂ ਮੁਕਤ ਹੋਣਾ ਹੀ ਜ਼ਿੰਦਗੀ ਸਵਰਗ ਹੈ ਘਰ ਦਾ ਮਾਹੌਲ ਸਵਰਗ ਬਣੇਗਾ ਪਤਾ ਹੀ ਨਹੀਂ ਉਹਨਾਂ ਨੂੰ ਗੱਲਾਂ ਕਰਦੇ ਨੇ ਜਾਣ-ਜਾਣ ਸਭ ਕਹਾਂ ਤਾਹੀਂ ਰਹਾਓ ਸੁਣ-ਸੁਣ ਕੇ ਕਹੀ ਜਾਂਦੇ ਨੇ ਕਹਿਣ ਕਹਾਵਨਹ ਪਤੀ ਆਈ ਹੈ ਕਹਿਣ ਕਹਣ ਨਾਲ ਕੋਈ ਗੱਲ ਨਹੀਂ ਬਣੇਗੀ ਪਿਆਰਿਆਂ ਕਹਿਣ ਕਹਣ ਦੇ ਨਾਲੇ ਮਨ ਨਹੀਂ ਭਿੱਜੇਗਾ ਮਾਨਣ ਜਾਂ ਨਾ ਜਾਂਦੇ ਹੋਂ ਮੈਂ ਜਾਈ ਹੈ ਅੰਦਰੋਂ ਤੇਰੇ ਹੋਂ ਮੈਂ ਖਤਮ ਹੋ ਜਾਵੇ ਤੂੰ ਆਪਣੇ ਸੁਭਾਅ ਨੂੰ ਪਰਫੈਕਟ ਮੰਨੀ ਬੈਠਾ ਹੈ ਸੁਭਾਅ ਦੇ ਉਲਟ ਨਹੀਂ ਸੁਣਨਾ ਚਾਹੁੰਦਾ ਆਪਣੀ ਵਿਚਾਰਧਾਰਾ ਦੇ ਉਲਟ ਸੁਣਨਾ ਹੀ ਨਹੀਂ ਚਾਹੁੰਦਾ ਜਦੋਂ ਤੇਰੀ ਹੋਂ ਮੈਂ ਟੁੱਟ ਗਈ ਤੈਨੂੰ ਪਤਾ ਲੱਗੇਗਾ ਮੇਰੇ ਸੁਭਾਅ 'ਚ ਕਮਜ਼ੋਰੀਆਂ ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ ਹੈ ਹੋਂ ਮੈਂ ਜਦੋਂ ਹੋਂ ਮੈਂ ਟੁੱਟ ਗਈ ਪਤਾ ਲੱਗੇਗਾ ਸੋਚ ਪਰਫੈਕਟ ਨਹੀਂ ਹੈ ਫਿਰ ਸੋਚ ਤੇ ਸੁਭਾਅ ਨੂੰ ਸੰਵਾਰਨ ਵਾਸਤੇ ਜਦੋਂ ਸਿੱਖਣ ਤੁਰੇਗਾ ਨਾ ਫਿਰ ਪਤਾ ਲੱਗੇਗਾ ਕਿ ਅਸਲੀ ਸਵਰਗ ਹੈ ਕੀ ਜਬ ਲੱਗ ਮਨ ਬੈਕੁੰਠ ਕੀ ਆਸ ਜਿਨ੍ਹਾਂ ਚਿਰੇ ਮਨ ਮਰਨ ਤੋਂ ਬਾਅਦ ਸਵਰਗਾਂ ਦੀ ਆਸ ਰੱਖੀ ਬੈਠਾ ਨਾ ਤੇ ਸਵਰਗਾਂ ਦੀ ਉਮੀਦ ਕਰਕੇ ਇਹ ਧਰਮ ਦੇ ਕੰਮ ਕਰੀ ਜਾਂਦਾ ਜਬ ਲੱਗ ਹੋਏ ਨਹੀਂ ਚਰਨ ਨਿਵਾਸ ਤਬ ਲੱਗ ਵੈਗਰੂ ਤਬ ਲੱਗ ਹੋਏ ਨਹੀਂ ਚਰਨ ਨਿਵਾਸ ਉਨ੍ਹਾਂ ਚਿਰ ਇਹਨੂੰ ਗੁਰੂ ਦੇ ਉਪਦੇਸਾਂ ਨਾਲ ਪਿਆਰ ਨਹੀਂ ਬਣ ਸਕਦਾ ਗੁਰੂ ਦੇ ਉਪਦੇਸ ਮੰਨਣ ਨਹੀਂ ਤਰ ਸਕਦਾ ਕਹ ਕਬੀਰ ਇਹ ਕਹੀ ਹੈ ਕਾਹ ਹੈ ਕਬੀਰ ਜੀ ਕਹਿੰਦੇ ਪਿਆਰਿਓ ਕਿਵੇਂ ਦਸੀਏ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਈਏ ਕਹੀਏ ਕਾਹੇ ਇਹ ਮੰਨਣਾ ਹੀ ਨਹੀਂ ਚਾਹੁੰਦੇ ਇਹ ਸੁਣਨਾ ਹੀ ਨਹੀਂ ਚਾਹੁੰਦੇ ਸਾਧ ਸੰਗਤ ਵੈਕੁੰਠਾਇਆ ਹੈ ਅਸਲੀ ਵੈਕੁੰਠਾ ਅਸਲੀ ਸਵਰਗ ਤਾਂ ਗੁਰੂ ਦੀ ਸੰਗਤ ਹੈ ਗੁਰੂ ਦੀ ਸੰਗਤ ਕੀ ਹੈ ਮੰਨਣਾ ਬਦਲ ਜਾਣਾ ਬਦਲ ਜਾਣਾ ਸੰਗਤ ਹੁੰਦੀ ਹੈ ਇਹ ਗੱਲ ਯਾਦ ਰੱਖਿਓ ਇੱਕ ਐਗਜ਼ਾਮਪਲ ਸਮਝੋ ਮੈਂ ਪਿਛੇ ਵੀ ਇੱਕ ਐਪੀਸੋਡ ਵਿੱਚ ਗੱਲ ਕੀਤੀ ਤੁਹਾਡੇ ਘਰ ਦੇ ਸੱਜੇ ਪਾਸੇ ਦੋ ਬੱਚੇ ਖੇលਦੇ ਨੇ ਇੱਕ ਬੁਰੀਆਂ ਆਤਮ ਵਾਲਾ ਇੱਕ ਚੰਗੀਆਂ ਆਤਮ ਵਾਲਾ ਖੱਬੇ ਪਾਸੇ ਵੀ ਦੋ ਬੱਚੇ ਖੇលਦੇ ਨੇ ਇੱਕ ਬੁਰੀਆਂ ਆਤਮ ਵਾਲਾ ਇੱਕ ਚੰਗੀਆਂ ਆਤਮ ਵਾਲਾ ਹੁਣ ਤੁਹਾਡੀ ਗਲੀ ਦੇ ਵਿੱਚ ਦੋ ਚੰਗੀਆਂ ਆਤਮ ਵਾਲੇ ਦੋ ਬੁਰੀਆਂ ਆਤਮ ਵਾਲੇ ਉਧਰ ਖੇលਦੇ ਨੇ ਉਧਰ ਖੇលਦੇ ਨੇ ਖੱਬੇ ਪਾਸੇ ਖੇਲਣ ਵਾਲਿਆਂ ਵਿੱਚੋਂ ਇੱਕ ਬੱਚਾ ਚੰਗੀਆਂ ਆਤਮ ਵਾਲਾ ਬਣ ਗਿਆ ਸੱਜੇ ਪਾਸੇ ਵਾਲੇ ਪਾਸੇ ਬੁਰੀਆਂ ਆਤਮ ਵਾਲਾ ਬਣ ਗਿਆ ਉਧਰ ਦੋ ਬੁਰੀਆਂ ਵਾਲੇ ਹੋਗੇ ਇਧਰ ਚੰਗੀਆਂ ਵਾਲੇ ਹੋਗੇ ਸੰਗਤ ਕੀ ਨੇ ਕੀਤੀ ਜਿਹੜਾ ਬਦਲ ਗਿਆ ਇਹਦੀ ਸੰਗਤ ਕੀਤੀ ਜਿਹਨੂੰ ਦੇਖ ਕੇ ਬਦਲ ਗਿਆ ਗੁਰੂ ਦੇ ਉਪਦੇਸ਼ਾਂ ਨੂੰ ਤੋਂ ਪ੍ਰਭਾਵਿਤ ਹੋ ਕੇ ਜਦੋਂ ਬਦਲ ਗਿਆ ਤਾਂ ਅਸੰਗਤ ਹੈ ਜਿਹਨੂੰ ਇਹ ਕਰਨੀ ਆ ਗਈ ਇਸ ਵਰਗ ਹੈ ਗੌੜੀ ਕਬੀਰ ਜੀ ਅੱਗੇ 11ਵਾਂ ਸ਼ਬਦ ਹੈ ਭਗਤ ਕਬੀਰ ਜੀ ਦਾ ਗੌੜੀ ਰਾਗ ਵਿੱਚ ਉਹ ਪੰਜੈ ਨਿਪਜੈ ਨਿਪਜ ਸਮਾਈ ਮਾਤਾ ਦੇ ਗਰਭ ਵਿੱਚ ਜੋਤ ਹੁੰਦੀ ਹੈ ਉਪਜੈ ਨਿਪਜੈ ਉੱਤੇ ਸਰੀਰ ਬਣਦਾ ਹੈ ਸਰੀਰ ਬਣ ਕੇ ਤੇਰੇ ਜੀਵਨ ਸ਼ੁਰੂ ਹੁੰਦਾ ਹੈ ਅਖੀਰ ਤੇਜੀ ਫਿਰ ਇਹ ਪੰਜ ਦੇ ਪੰਜ ਤੱਤ ਸਮਾ ਜਾਂਦੇ ਨੇ ਨਾ ਨਾ ਹੁੰਦੇਖਤ ਇਹ ਜਗ ਜਾਈ ਇਨਾਂ ਅੱਖਾਂ ਦੇ ਨਾਲ ਦੇਖ ਕੇ ਸੰਸਾਰ ਅਸੀਂ ਮਰਦਾ ਦੇਖਿਆ ਜਨਮ ਹੁੰਦੇ ਦੇਖੇ ਲਾਜ ਨਾ ਮਰ ਕਹੋ ਕਰ ਮੇਰਾ ਕਹਿੰਦੇ ਸ਼ਰਮ ਨਾਲ ਡੁੱਬ ਕੇ ਨਹੀਂ ਮਰਦੇ ਕਹਿੰਦੇ ਨੇ ਆ ਦੁਨੀਆ ਸਾਡਾ ਘਰ ਹੈ ਇਹਨੂੰ ਸਦੀਵੀ ਮੰਨ ਕੇ ਜੀਵਨ ਨੂੰ ਸਫਲ ਕਰਨ ਵਾਸਤੇ ਸੋਚਦੇ ਨਹੀਂ ਜੀਵਨ ਨੂੰ ਸਵਾਰਨ ਕਰਨ ਵਾਸਤੇ ਅਦੀ ਧਿਆਨ ਚੇਤਾ ਨਹੀਂ ਕਰ ਰਹੇ ਹੰਤ ਕਿਵਾਰ ਨਹੀਂ ਕਿਛ ਤੇਰਾ ਰਹਾਓ ਹਾਂ ਤੱਕੀ ਬਾਹਰ ਨਹੀਂ ਕਾਛ ਤੇਰਾ ਰਹਾ ਸੈਂਟਰਲ ਆਈਡੀਆ ਜਦੋਂ ਮੌਤ ਆਏਗੀ ਤੇਰਾ ਕੁਝ ਵੀ ਨਹੀਂ ਆ ਖਵੇ ਕਿਉਂ ਜੈਸ ਅਸਲੀ ਮਿਸ਼ਨ ਨੂੰ ਛੱਡੀ ਬੈਠਾ ਹੈ ਜਿਹਨੂੰ ਅਸਲੀ ਪ੍ਰਾਪਤੀਆਂ ਮੰਨੀ ਬੈਠਾ ਹੈ ਇਹ ਤਾਂ ਚਿੰਤਾਵਾਂ ਦੇ ਦੁੱਖਾਂ ਦੇ ਜੰਜਾਲਾਂ ਵਿੱਚ ਫਸ ਕੇ ਤੂੰ ਸਗੋਂ ਅਸਲੀ ਚੀਜ਼ ਨੂੰ ਗਵਾਈ ਜਾ ਰਿਹਾ ਹਨ ਅਨਕ ਯਤਨ ਕਰ ਕਾ ਆ ਪਾਲੀ ਸਰੀਰ ਨੂੰ ਹੀ ਪਾਲਣ ਵਾਸਤੇ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ ਸਰੀਰ ਦਾ ਲੋਕਾਂ ਤੇ ਪ੍ਰਭਾਵ ਪਵੇ ਇਹਦੇ ਵਾਸਤੇ ਬੜੇ ਯਤਨ ਕੀਤੇ ਮਰਤੀ ਵਾਰ ਆਗਿਆਨ ਸੰਗ ਜਾਲੀ ਜਦ ਮੌਤ ਆਉਂਦੀ ਹੈ ਤਾਂ ਸਰੀਰ ਅੱਗ ਦੇ ਵਿੱਚ ਪੇਟਾ ਕਰ ਦੇਣਾ ਹੈ ਅੱਗ ਨਾਲ ਸਾੜ ਦੇਣਾ ਕਰਿਆ ਤੇ ਫਿਰਦਾ ਧਾਰਮਿਕ ਲੋਕ ਉਹ ਵੀ ਫਸ ਗਏ ਚੋਆ ਚੰਦਨ ਮਰਦਨ ਅੰਗਾ ਸਰੀਰ ਤੇ ਇਤਰ ਚੋਆ ਹੁੰਦਾ ਇਤਰ ਫੁੱਲਾਂ ਦਾ ਰਾਸ ਕੱਢਿਆ ਹੋਇਆ ਗੁਲਾਬ ਦੇ ਫੁੱਲਾਂ ਦਾ ਰਸ ਕੱਢਦੇ ਨੇ ਉਹ ਹੋਰ ਚੰਗੇ ਚੰਗੇ ਸੁਗੰਧੀਆਂ ਵਾਲੇ ਜਿਹੜੇ ਰਸ ਕੱਢਦੇ ਨੇ ਉਹਨੂੰ ਮਿਕਸ ਕਰਕੇ ਉਹਨੂੰ ਇਤਰ ਕਹਿੰਦੇ ਨੇ ਚੰਦਨ ਵਗੈਰਾ ਇਹਦੀ ਮਾਲਿਸ਼ ਕੀਤੀ ਅੰਗਾਂ ਤੇ ਮਲ ਲਿਆ ਸੋਤਨ ਜਲਾਇ ਕਾਠ ਕੈ ਸੰਗਾ ਇਹ ਤੇ ਲੱਕੜੀ ਦੇ ਨਾਲ ਸੜ ਜਾਣਾ ਸਰੀਰ ਕਹ ਕਬੀਰ ਦੇ ਕਹ ਕਬੀਰ ਸੁਨੋ ਰੇ ਗੁਨੀਆਂ ਭਗਤ ਕਬੀਰ ਜੀ ਕਹਿੰਦੇ ਪਿਆਰਿਆ ਜੇ ਗੁਣਾ ਵਾਲਾ ਜੀਵਨ ਜਿਉਣਾ ਚਾਹਣਾ ਹੈ ਐ ਗੁਣਮਾਨ ਬੰਨ ਵਾਲੇ ਬੰਦਿਆ ਸੁਣ ਗੁਣਾ ਦੀ ਗੱਲ ਸੁਣ ਬਿੰਸਾ ਦਾ ਰੂਪ ਦੇਖਾ ਸਭ ਦੁਨੀਆ ਇਹ ਸਾਰਾ ਰੂਪ ਇੱਥੇ ਹੀ ਬਿੰਸ ਜਾਣਾ ਹੈ ساری ਦੁਨੀਆ ਦੇਖੇਗੀ ਉਦੋਂ ਪੈੜਾ ਲੱਗੇਗਾ ਇਹ ਤੇਰਾ ਵਿਜ਼ਨ ਨਹੀਂ ਹੈ ਤੇਰਾ ਮਿਸ਼ਨ ਨਹੀਂ ਦੁਨੀਆ ਨੂੰ ਸੋਹਣਾ ਲੱਗਾ ਸਰੀਰ ਇਸ ਤਰ੍ਹਾਂ ਦਾ ਹੋਵੇ ਇਹ ਮਿਸ਼ਨ ਨਹੀਂ ਹੈ ਮਿਸ਼ਨ ਹੈ ਅੰਦਰੋਂ ਜੀਵਨ ਕਿਹੋ ਜਿਹਾ ਹੋਵੇ ਅੰਦਰੋਂ ਸੁਭਾਅ ਕਿਹੋ ਜਿਹਾ ਹੋਵੇ ਦੁਨੀਆ ਲਈ ਕਿੰਨਾ ਜਿਉਂਗਿਆ ਦੁਨੀਆ ਲਈ ਪਰਪਕਾਰ ਕਿੰਨਾ ਕਰ ਗਿਆ ਕੌਮ ਦੇ ਲਈ ਕੀ ਕਰ ਗਿਆ ਅਸਲੀ ਤੇ ਉਹ ਹੈ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਹੈ ਕੰਮ ਰੱਬ ਦੀ ਦਰਗਾਹ ਰੱਬ ਦੀ ਨਜ਼ਰ ਵਿੱਚ ਤਾਂ ਉਹ ਕਾਰਜ ਸਫਲ ਨੇ ਜਿਹੜੇ ਸ਼ੁਭ ਅਮਲ ਨੇ ਚੰਗੇ ਕਰਮ ਨੇ ਦੂਜਿਆਂ ਨੇ ਕੁਝ ਕੀਤਾ ਹੈ ਗੋੜੀ ਕਬੀਰ ਜੀ ਥੋੜੀ ਰਾਗ ਵਿੱਚ ਭਜਤ ਕਬੀਰ ਜੀ ਦਾ ਕਿ 12ਵਾਂ ਸ਼ਬਦ ਹੈ ਚਾਰ ਚਾਰ ਪਦਿਆਂ ਦੇ ਸ਼ਬਦ ਨੇ ਅਬਰ ਮੂਏ ਕਿਆ ਸੋਗ ਕਰੀ ਜਾ ਜਦੋਂ ਕੋਈ ਮਰ ਜਾਂਦਾ ਹੈ ਉਹਦਾ ਸੋਗ ਕੀਤਾ ਜਾਂਦਾ ਰੋਣਾ ਰੋਏ ਜਾਂਦੇ ਨੇ ਪਟਿਆ ਜਾਂਦਾ ਹੈ ਮੋਂਦੀਆਂ ਤੰਦਾ ਨੇ ਹੋ ਕੀ ਜਾਏ ਜੋ ਆਪਨ ਜੀ ਜੈ ਤਿਆਰੇ ਤੂੰ ਆਪਣੇ ਜੀਵਨ ਲਈ ਕੁਛ ਕਰ ਜੀਵਨ ਨੂੰ ਸਵਾਲ ਵਾਸ ਇਹ ਰੋਣੇ ਰੋਣਾ ਮਰ ਗਿਆ ਤੇ ਰੋਣੇ ਰੋਣਾ ਤੇਰੇ ਅੰਦਰ ਗੁਣ ਮਰ ਰਹੇ ਨੇ ਤੇਰੇ ਅੰਦਰ ਗੁਣ ਦੇਖਣ ਦੀ ਯੋਗਤ ਮਰ ਰਹੀ ਹੈ ਉਹ ਗੁਣ ਦੇਖਣੇ ਸ਼ੁਰੂ ਹੋ ਗਏ ਨੇ ਅੰਦਰ ਨਿੰਦਾ ਦਾ ਜਨਮ ਹੋ ਗਿਆ ਇਹਦਾ ਤੈਨੂੰ ਫਿਕਰ ਨਹੀਂ ਕੋਈ ਤੂੰ ਹੰਕਾਰ ਵਿਖਾਵਾ ਤੇਰੇ ਅੰਦਰ ਜਨਮ ਲੈ ਗਿਆ ਸਾਦਗੀ ਖਤਮ ਹੋ ਗਈ ਨਿਮਰਤਾ ਖਤਮ ਹੋ ਗਈ ਤੂੰ ਲੋਭੀ ਬਣ ਗਿਆ ਤੇਰੇ ਅੰਦਰ ਸਬਰ ਸੰਤੋਖ ਖਤਮ ਹੋ ਗਿਆ ਤੂੰ ਇਸ ਦਾ ਫਿਕਰ ਨਹੀਂ ਕਰ ਰਿਹਾ ਕਿਸੇ ਬੰਦੇ ਦੇ ਮਰਨ ਤੇ ਰੋਣਾ ਮੈਂ ਨਾ ਮਰਉ ਮਰ ਉਹ ਸੰਸਾਰਾ ਭਤਕਵੀਰ ਜੀ ਕਹਿੰਦੇ ਮੇਰੇ ਅੰਦਰ ਜਿਹੜਾ ਜੀਵਨ ਹੈ ਨਾ ਮਰਨ ਵਾਲਾ ਨਹੀਂ ਹੈ ਗੁਣ ਨਹੀਂ ਮਰਦੇ ਰਕਸ਼ਸ ਨਹੀਂ ਮਰਦੇ ਸੰਸਾਰ ਮਰ ਰਿਹਾ ਕੋ ਕੰਦੇੰਦਰ ਬਖਸ਼ਸ਼ ਮਾਰੀ ਐ ਕਰਾਂ ਚੋਂ ਸਿੱਖੀ ਮਾਰੀ ਐ ਗੁਰਮਤ ਨਿਕਲ ਰਹੀ ਐ ਗੁਰਬਾਣੀ ਨਿਕਲਦੀ ਐ ਆਬ ਮੋਹ ਮਿਲੇ ਹੋਇ ਜੀਵਾ ਜੀ ਆਬਨਹਾਰਾ ਰਹਾਓ ਕਹਿੰਦੇ ਮੈਨੂੰ ਤੇ ਜੀਵਨ ਦੇਣ ਵਾਲਾ ਮਿਲ ਗਿਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲ ਗਏ ਸਿੱਖੀ ਦੀ ਦਾਤ ਦੇਣ ਵਾਲੇ ਗੁਰਮਤ ਦੀ ਦਾਤ ਦੇਣ ਵਾਲੇ ਗੁਰਬਾਣੀ ਦੀ ਦਾਤ ਦੇਣ ਵਾਲੇ ਉਹਨਾਂ ਦੇ ਘਰਾਂ ਚੋਂ ਗੁਰਬਾਣੀ ਕਿਉ ਖਤਮ ਹੋਗੀ ਉਹਨਾਂ ਦੇ ਘਰਾਂ ਵਿੱਚੋਂ ਗੁਰਸਿੱਖੀ ਕਿਉ ਖਤਮ ਹੋਗੀ ਕਿਉਂਕਿ ਕੋਟ ਮਦੇ ਕੋ ਵਿਰਲਾ ਸੇਵਕ ਹੋ ਸਕਲੇ ਵਿਵਹਾਰੀ ਉਹ ਤਾਂ ਗੁਰੂ ਦੇ ਨਾਲ ਵਪਾਰ ਕਰਦੇ ਨੇ ਬਾਰਗੇਨਿੰਗ ਕਰਦੇ ਨੇ ਅਸੀਂ ਤੁਹਾਡੇ ਲਈ ਆ ਕਰਦੇ ਆ ਤੁਸੀਂ ਸਾਡੇ ਲਈ ਆ ਕਰੋ ਇਹ ਮੰਗਾਂ ਮੰਗਣ ਦਾ ਵਿਸ਼ਾ ਥੋੜੀ ਸੀਤ ਹੈ ਸਿੱਖਣ ਦਾ ਵਿਸ਼ਾਸ ਮੰਗਣ ਵਾਲੇ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੰਮਾ ਮੰਗਣ ਹਾਰ ਇਆਨਾ ਕਿਹਾ ਉਹ ਤਾਂ ਅਣਜਾਣ ਹੈ ਉਹ ਤਾਂ ਬਾਸ਼ਨਾਵਾਂ ਦੇ ਪਿੱਛੇ ਭੱਜਦਾ ਹੈ ਇਛਾਵਾਂ ਦੇ ਪਿੱਛੇ ਭੱਜਦਾ ਹੈ ਇਹ ਇਛਾਵਾਂ ਤਾਂ ਚਿੰਤਾ ਪੈਦਾ ਕਰਦੀਆਂ ਗੁਰੂ ਨੇ ਤਾਂ ਜੀਵਨ ਦੇਣਾ ਗੁਰਮੁਖ ਸਵਾਭ ਵਾਲਾ ਜੀਵਨ ਗੁਰਮਤ ਵਾਲਾ ਜੀਵਨ ਪਰਵਕਾਰੀ ਜੀਵਨ ਜਿਨ੍ਹਾਂ ਨੂੰ ਮਿਲ ਗਿਆ ਭਗਤ ਕਬੀਰ ਜੀ ਕਹਿੰਦੇ ਮੈਨੂੰ ਤਾਂ ਜੀਵਨ ਦੇਣ ਵਾਲਾ ਦਾਤਾ ਮਿਲ ਗਿਆ ਮੇਰੇ ਅੰਦਰ ਉਹ ਨਹੀਂ ਹੁਣੇ ਮਰਦਾ ਆਹ ਦੇਹੀ ਪਰਮਲ ਮਹਕੰਦਾ ਜਿਹੜੇ ਸਸਰੀਰ ਨੂੰ ਸੁਗੰਧੀਆਂ ਲਾ ਕੇ ਮਹਿਕਦਾ ਹੈ ਸਰੀਰ ਇਸੇ ਨੂੰ ਸਭ ਕੁਝ ਮੰਨੀ ਜਾਂਦੇ ਨੇ ਲੋਕਾਂ ਤੇ ਬੜਾ ਪ੍ਰਭਾਵ ਪੈ ਰਿਹਾ ਤਾਂ ਸੁਖ ਬਿਸਰੈ ਪਰਮਾਨੰਦਾ ਕਹ ਰਿਹਾ ਪਰਮ ਆਨੰਦ ਦਾ ਅਸਲੀ ਰਾਸ ਤੇ ਅਸਲੀ ਸੁਖ ਤੇਰੇ ਇਹ ਵਿਖਾਵੇ ਦੀ ਬਿਰਤੀ ਵਿੱਚੋਂ ਨਿਕਲ ਰਿਹਾ ਖਤਮ ਹੋ ਰਿਹਾ ਤੈਨੂੰ ਉਹ ਰਸਾ ਹੀ ਨਹੀਂ ਰਿਹਾ ਕੂਟਾ ਇਹ ਇੱਕ ਪੰਜ ਪਨਿਹਾਰੀ ਕੂਟਾ ਟੋਟਾ ਜਖੂ ਗੁਰਬਾਣੀ ਅੰਦਰ ਇਸੇ ਚੀਜ਼ ਨੂੰ ਕਮਜ਼ੋਰ ਨੇਤਾਣਾ ਟੋਟਾ ਸ਼ੋਕਨਵਾਤੇ ਟੈਂਕੇ ਨੂੰ ਕੰਨਾ ਵੀ ਲੱਗਦਾ ਹੈ ਢਾੜੇ ਨੂੰ ਕੰਨਾ ਵੀ ਲੱਗਦਾ ਫਰੀਦਾ ਕੰਦੀ ਉੱਤੇ ਰੁਖੜਾ ਕਮਜ਼ੋਰ ਜਾ ਰੁਕ ਪਤਾ ਨਹੀਂ ਕਦੋਂ ਨਾ ਲਹਿਰਾਂ ਵਿੱਚ ਬਹਿ ਜਾਵੇ ਸੂਟਾ ਕਮਜ਼ੋਰ ਜਾ ਥੋਤਾ ਕੂਟਾ ਕੂ ਹੁੰਦਾ ਖੂ ਖੂਪ ਤੋਂ ਕੂ ਕੂਟਾ ਛੋਟਾ ਜਾ ਖੂ ਤੇ ਪਾਂਜੇ ਦੇ ਲੱਗੇ ਹੋਏ ਨੇ ਗਿਆਨ ਇੰਦਰੇ ਇਹਦੇ ਵਿੱਚੋਂ ਅਸਲੀ ਰਾਸ ਕੱਢਣ ਵਾਸਤੇ ਕੱਢੀ ਜਾ ਰਹੇ ਨੇ ਟੂਟੀ ਲਾਜ ਪਰ ਹਮਤ ਹਾਰੀ ਜਿਹੜੀ ਇਹਦੀ ਮਤ ਹੈ ਨਾ ਉਹਦੇ ਵਿੱਚ ਗੁਰਮਤ ਵਾਲੀ ਸੋਝੀ ਨਹੀਂ ਤੇ ਟੁੱਟੀ ਹੋਈ ਲੱਜ ਹੈ ਉਹਦੇ ਵਿੱਚ ਪਾਣੀ ਕੱਢਣ ਵਾਸਤੇ ਇੱਕ ਰੱਸਾ ਹੁੰਦਾ ਸੀ ਨਾ ਲੱਜ ਕਹਿੰਦੇ ਉਹਨੂੰ ਉਹ ਟੁੱਟੀ ਹੋਈ ਐ ਕਿਵੇਂ ਕੱਢੇਗਾ ਅੰਦਰੋਂ ਕੱਢ ਹੀ ਨਹੀਂ ਰਿਹਾ ਉਸ ਰੱਸ ਨੂੰ ਗੁਣਾ ਨੂੰ ਜਗਾ ਹੀ ਨਹੀਂ ਰਿਹਾ ਉਹ ਗੁਣਾ ਦੇ ਵਿੱਚ ਉਲਝਿਆ ਹੋਇਆ ਇੱਕ ਕਬੀਰ ਇੱਕ ਬੁੱਧ ਵਿਚਾਰੀ ਇੱਕ ਉਹ ਬੁੱਧ ਹੈ ਜਿਹਦੇ ਵਿੱਚ ਵਿਚਾਰ ਹੈ ਗੁਰੂ ਕੀ ਜਿਹਨੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਿਆ ਉਪਦੇਸ਼ਾਂ ਨੂੰ ਸਮਝਿਆ ਮੰਨਣ ਦੀ ਭਾਵਨਾ ਜਗਾਈ ਉਸ ਬੁੱਧ ਵਿੱਚ ਵਿਚਾਰ ਆ ਗਈ ਨਾ ਉਹ ਕੂਆ ਤਾਂ ਨਾ ਪਨਿਹਾਰੀ ਨਾ ਉੱਥੇ ਉਹ ਖੂ ਹੈ ਤੇ ਨਾ ਹੀ ਉਥੇ ਉਹ ਪਾਣੀ ਕੱਢਣ ਵਾਲੀਆਂ ਚਰਖੜੀਆਂ ਨੇ ਪਨਿਹਾਰੀ ਹੁੰਦਾ ਚਰਖੜੀ ਜਿਹੜੀਆਂ ਖੂਹ ਚੋਂ ਪਾਣੀ ਕੱਢਦੀਆਂ ਨੇ ਹਰ ਟਾਂ ਵੀ ਕਹਿ ਦਿੰਦੇ ਨੇ ਪੰਜ ਨੇ ਇਹ ਬਿਕਾਰਾਂ ਵਾਲੀਆਂ ਪੰਜ ਗਿਆਨ ਦੇ ਰਾਂ ਰਹੀਆਂ ਕਰਦੀਆਂ ਨੇ ਅੰਦਰੋਂ ਅਸਲੀ ਉਸ ਨੂੰ ਬਤਕਵੀਰ ਜੀ ਕਹਿੰਦੇ ਅੰਦਰੋਂ ਹੀ ਰਾਸ ਜਾਗ ਪਿਆ ਅੰਦਰੋਂ ਹੀ ਗੁਣ ਜਾਗ ਪਏ ਅੰਦਰੋਂ ਹੀ ਬਿਰਤੀ ਜਾਗ ਪਈ ਕੱਢਣ ਦੀ ਲੋੜ ਹੀ ਨਹੀਂ ਆਖੋ ਗੌੜੀ ਕਬੀਰ ਜੀ ਅਗੇ ਭਗਤ ਕਬੀਰ ਜੀ ਦਾ ਥੋੜੀ ਰਾਗ ਦੇ ਵਿੱਚ 13ਵਾਂ ਸ਼ਬਦ ਹੈ ਸਰਪਦਿਆਂ ਦਾ ਅਸਥਾਵਰ ਜੰਗਮ ਕੀਟ ਪਤੰਗਾ ਅਸਥਾਵਰ ਜਿਹੜੇ ਇੱਕ ਥਾਂ ਤੇ ਟਿਕੇ ਰਹਿੰਦੇ ਨੇ ਬ੍ਰਿਕਸ਼ ਬਨਾਸਪਤੀ ਰੱਬ ਨੇ ਪੈਦਾ ਕੀਤੇ ਉਹਨਾਂ ਦਾ ਆਪਣਾ ਇੱਕ ਸੁਭਾਅ ਹੋਇਆ ਬ੍ਰਿਕਸ਼ਾਂ ਦਾ ਉਹਨਾਂ ਦੇ ਆਪਣੇ ਜੀਵਨ ਜਿਉਣ ਦਾ ਇੱਕ ਤਰੀਕਾ ਹੈ ਵਰਪਕਾਰ ਕਰਦੇ ਨੇ ਇੱਕ ਥਾਂ ਤੇ ਟਿਕ ਕੇ ਰਹਿੰਦੇ ਨੇ ਫਿਰ ਕੀੜੇ ਮਕੌੜੇ ਨੇ ਜਰਮ ਨੇ ਜਿਉਂਦੇ ਨੇ ਆਪਣਾ ਆਪਣਾ ਜੀਵਨ ਜਿਉਂਦੇ ਨੇ ਆਪਣਾ ਆਪਣਾ ਸੁਭਾਅ ਹੈ ਅਨਕ ਜਨਮ ਕੀਏ ਬਹੁ ਰੰਗਾ अनेका ਤਰ੍ਹਾਂ ਦੇ ਇਸ ਤਰ੍ਹਾਂ ਦੇ ਜੀਵਨ ਪੈਦਾ ਕੀਤੇ ਨੇ ਤੇ ਮਨੁੱਖ ਹਰ ਤਰ੍ਹਾਂ ਦੇ ਜੀਵਨ ਦੇ ਮਾਰੇ ਸੁਭਾਉ ਨੂੰ ਆਪਣੇ ਚ ਰੱਖ ਲੈਂਦਾ ਜਦ ਕਿ ਚੰਗੇ ਸੁਭਾਉ ਨੂੰ ਰੱਖਣਾ ਸੀ। ਬ੍ਰਿਖਸ਼ ਇੱਕ ਥਾਂ ਤੇ ਅਡੋਲ ਰਹੇਗਾ, ਤੁਰੇਗਾ ਨਹੀਂ। ਜਿਹੜਾ ਮਨੁੱਖ ਆਪਣਾ ਸੁਭਾਉ ਨਹੀਂ ਬਦਲਦਾ, ਸੋਚ ਨਹੀਂ ਬਦਲਦਾ ਉੱਥੇ ਹੀ ਖੜਾ ਹੈ। 20 ਸਾਲਤੀ ਸਾਲ ਧਰਮ ਨਵਾਉਂਦਿਆਂ ਹੋ ਗਿਆ, ਨਾ ਸੁਭਾਉ ਬਦਲਿਆ, ਨਾ ਸੋਚ ਬਦਲੀ, ਨਿੰਦਕ ਦਾ ਨਿੰਦਕ, ਤੜੇ ਬੰਦੀਆਂ 'ਚ ਫਸਿਆ ਹੋਇਆ, ਹੰਕਾਰ ਵਿਖਾਵੇ ਵਿੱਚ, ਨਫਰਤ ਵਿੱਚ। ਸਮਝ ਲਓ ਨੇ ਬ੍ਰਿਖਸ਼ ਦਾ ਅਡੋਲ ਹੋਣ ਦਾ ਇੱਕ ਥਾਂ ਤੇ ਟਿਕਣ ਦਾ ਸੁਭਾਉ ਲੈ ਲਿਆ। ਲੈਣਾ ਕਿਹੜਾ ਸੀ? ਰੀਦਾ ਦਰਵੇਸ਼ਾਨੋ ਲੋੜੀਆ ਰੁਖਾਂ ਦੀ ਜੀਰਾਂਦ ਉਹਦੇ ਵਰਗਾ ਹੌਸਲਾ ਲੈਣਾ ਸੀ ਉਹਦੇ ਵਰਗਾ ਆਤਮ ਵਿਸ਼ਵਾਸ ਅਡੋਲਤਾ ਲੈਣੀ ਸੀ ਇਹ ਮਾੜੇ ਕਰਮ ਆਪਣੇ ਅੰਦਰ ਲਈ ਜਾ ਰਿਹਾ ਜਿਸ ਤਰ੍ਹਾਂ ਦੇ ਪਸ਼ੂ ਪ੍ਰਵਿਰਤੀਆਂ ਜਾਨਵਰ ਪ੍ਰਵਿਰਤੀਆਂ ਦੇ ਸਭਾਅ ਉਹ ਆਪਣੇ ਅੰਦਰ ਰੱਖ ਲੈਂਦਾ ਹੈ ਇਹ ਮਨ ਉਸ ਤਰ੍ਹਾਂ ਦੀਆਂ ਜੂਨੀਆਂ ਵਿੱਚ ਭਟਕਦਾ ਹੈ ਜਿਉਂਦੇ ਜੀ ਸਰੀਰ ਮਨੁੱਖ ਦਾ ਹੁੰਦਾ ਹੈ ਮਨ ਪਸ਼ੂਆ ਹੈ ਮਨ ਜਾਨਵਰ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਐਸੇ ਕਰ ਹਮ ਬਹੁਤ ਵਸਾਏ ਭਗਤ ਕਬੀਰ ਜੀ ਕਹਿੰਦੇ ਇਹ ਮਨ ਇਸ ਤਰ੍ਹਾਂ ਦੇ ਸੁਭਾਵਾਂ ਦੇ ਘਰ ਵਿੱਚ ਵੱਸਦਾ ਹੈ ਬਹੁਤ ਵਾਰੀ ਜਦ ਹਮ ਰਾਮ ਗਰਭ ਹੋਏ ਆਏ ਰਹਾਓ ਗਰਭ ਗਰਭ ਦੇ ਵਿੱਚ ਸਰੀਰ ਬਣਦਾ ਬਾਹਰ ਇੱਕ ਸਿਚੁਏਸ਼ਨ ਹੁੰਦੀ ਹੈ ਇੱਕ ਸੰਗਤ ਇੱਕ ਕੁਸੰਗ ਕੁਸੰਗ ਉਹ ਗਰਭ ਹੈ ਜਿਸ ਵਿੱਚੋਂ ਚੋਰ ਦਾ ਸੁਭਾਅ ਜਨਮ ਲੈਣਾ ਹੈ ਜਿਸ ਵਿੱਚ ਬੁਰੀਆਂ ਪ੍ਰਵਿਰਤੀਆਂ ਵਾਲੇ ਨੇ ਜਨਮ ਲੈਣਾ ਹੈ ਸੰਗਤ ਉਹ ਜਿੱਥੋਂ ਗੁਰਮਖ ਸੁਭਾਅ ਨੇ ਜਨਮ ਲੈਣਾ ਇਹ ਗਰਭ ਹੈ ਗਰਭ ਹੈ ਮਨ ਦੀ ਸਿਚੁਏਸ਼ਨ ਸਰౌండింగ్ ਜੋ ਤਰ੍ਹਾਂ ਦਾ ਮਾਹੌਲ ਹੈ ਜਿਸ ਮਾਹੌਲ ਤੋਂ ਮਨ ਪ੍ਰਭਾਵਿਤ ਹੁੰਦਾ ਹੈ ਉਹ ਮਨ ਦਾ ਗਰਭ ਹੈ ਤੇ ਜਿਸ ਤਰ੍ਹਾਂ ਦੀ ਪ੍ਰਵਿਰਤੀ ਅੰਦਰ ਪੈਦਾ ਕਰ ਲੈਂਦਾ ਮਨ ਦੀ ਜੁਨੀ ਹੈ ਸਰੀਰ ਮਨੁੱਖ ਦਾ ਹੁੰਦਾ ਹੈ ਮਨ ਪਸ਼ੂਆਂ ਪੰਛੀਆਂ ਦੀ ਜੁਨੀ ਭੋਗ ਰਿਹਾ ਹੈ ਕਹਿਣ ਲੱਗੇ ਜਦੋਂ ਮੈਨੂੰ ਰਾਮ ਦਾ ਗਰਭ ਮਿਲ ਗਿਆ ਪ੍ਰੇਮ ਸਰਬਨਾਲ ਪ੍ਰੀਮ ਪਿਆਰੇ ਨਾਲ ਪ੍ਰੀਮ ਪਿਆਰੇ ਦੀ ਗੱਲ ਬਕੜੀ ਹਰ ਵੇਲੇ ਮਿਲੇ ਪਿਆਰੇ ਦੇ ਚਰਨ ਕਮਲਾਂ ਦੀ ਮੋਜ ਮਿਲੇ ਪਿਆਰੇ ਦੇ ਗੁਣਾਂ ਨੂੰ ਜਿਉਂ ਮਾ ਗੁਣਾ ਦਾ ਸ਼ੁਕਰਾਨਾ ਕਰਾਂ ਗੁਣਾ ਨਾਲ ਪਰਪਕਾਰ ਕਰਾਂ ਇਹ ਜਿਹੜੀ ਖਿੱਚ ਹੈ ਜੋ ਲਗਨ ਹੈ ਪਿਆਰ ਹੈ ਵਿਸ਼ਵਾਸ ਹੈ ਸਰਧਾ ਹੈ ਭਾਵਨਾ ਹੈ ਇਹ ਰਾਮ ਗਰਭ ਹੈ ਇਹਦੇ ਚ ਰਾਮ ਦਾ ਪੁੱਤਰ ਗੁਰਮੁਖ ਜੀਵਨ ਪੈਦਾ ਹੋਣਾ ਹੈ ਰਹਾ ਤਤਸਾਰ ਹੈ ਜੋਗੀ ਜਤੀ ਤਪੀ ਬ੍ਰਹਮਚਾਰੀ ਬਾਕੀ ਜਿਹੜੇ ਜੋਗੀ ਨੇ ਕੋਈ ਜੋਗੀ ਹੈ ਕੋਈ ਜਤੀ ਬਣ ਕੇ ਤੁਰਦਾ ਜਤ ਸਤ ਕੋਈ ਤਪੀ ਹੈ ਕੋਈ ਬ੍ਰਹਮਚਾਰੀ ਖਵਾ ਰਿਹਾ ਕਬ ਹੂੰ ਰਾਜਾ ਛਤਰਪਤ ਕਬ ਹੂੰ ਭਿਖਾਰੀ ਇਹ ਮਨ ਆਪਣੇ ਆਪ ਨੂੰ ਕਦੀ ਜੋਗੀ ਮੰਨਦਾ ਜੁੜਨਾ ਚਾਹੁੰਦਾ ਕਦੀ ਜਤੀ ਮੰਨਦਾ ਹੈ ਕਦੀ ਮਿਹਨਤ ਕਰਦਾ ਤਪੀ ਬਣਦਾ ਕਦੀ ਬ੍ਰਹਮਚਾਰੀ ਕਦੀ ਮਨ ਆਪਣੇ ਆਪ ਨੂੰ ਰਾਜਾ ਸਮਝਦਾ ਕਦੀ ਛਤਰਪਤੀ ਸਮਝਦਾ ਕਦੀ ਆਪਣੇ ਆਪ ਨੂੰ ਭਿਖਾਰੀ ਸਮਝਦਾ ਸਾਕਤ ਮਰਾਂ ਸੰਤ ਸਭ ਜੀ ਮੈਂ ਇਸ ਤਰ੍ਹਾਂ ਇਹ ਮਨ ਜਿਹੜਾ ਨਾ ਇਹ ਅਵਸਥਾਵਾਂ ਵਿੱਚ ਆਤਮਿਕ ਮੌਤ ਮਰਦਾ ਹੈ ਗੁਣ ਮਰ ਜਾਂਦੇ ਨੇ ਉਹਗਣਾ ਵਿੱਚ ਲੈ ਜਾਂਦਾ ਜਿਹੜੇ ਸੰਤ ਮਾਰਗ ਤੇ ਤੁਰਦੇ ਨੇ ਰੱਬ ਦੇ ਮਾਰਗ ਤੇ ਤੁਰਦੇ ਨੇ ਉਹ ਆਤਮਿਕ ਜੀਵਨ ਜਿਹਾ ਹੁੰਦੇ ਨੇ ਉਹ ਇੱਕ ਰਸ ਮੰਨਦੇ ਨੇ RAM ਰਸਾਇਣ ਰਸਨਾ ਪੀਵੇ ਰਸਨਾ ਸੁਰਤ ਰੱਬ ਦੇ ਰਸ ਨੂੰ ਮੰਨਦੇ ਨੇ ਵਾਗਰੀ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣ ਦਾ ਰਸ ਕਮਾਲ ਹੈ ਇਨੂ ਆ ਗਿਆ ਉਹ ਹਰ ਮਿਲ ਇਸ ਰਸ ਵਿੱਚ ਭਿੱਜੇ ਰਹਿੰਦੇ ਨੇ ਉਹਦੀ ਪੈ ਪਵਨੀ ਵਿੱਚ ਫੈਸਲੇ ਲੈਣੇ ਰੱਬੀ ਉਪਦੇਸ਼ ਨੂੰ ਪ੍ਰੈਕਟੀਕਲ ਜਿਉਣਾ ਉਹਦੇ ਨਿਯਮ ਨੂੰ ਫੋਲੋ ਕਰਨਾ ਰਸ ਨੂੰ ਪੀਂਦੇ ਨੇ ਪ੍ਰਭੂ ਦੇ ਪਿਆਰੇ ਅ ਕਬੀਰ ਪ੍ਰਭ ਕਿਰਪਾ ਕੀ ਜੈ ਭਗਤ ਕਬੀਰ ਦੀ ਕਹਿੰਦੇ ਨੇ हे ਪ੍ਰਭੂ ਜੀ ਕਿਰਪਾ ਕਰੋ ਹਰ ਪਰੇ ਅਭ ਪੂਰਾ ਦੀਜੈ ਅਰਦਾਸ ਕਰਨ ਦਾ ਤਰੀਕਾ ਹੈ ਜਦੋਂ ਸਾਨੂੰ ਆਪਣਾ ਸੁਭਾਅ ਪਰਚੋਲਣਾ ਆ ਗਿਆ ਸੋਚ ਪਰਚੋਲਣੀ ਆ ਗਈ ਇਰਮਾਨ ਟੁੱਟ ਜਾਂਦਾ ਮਨ ਮੈਨੂੰ ਜਿਉਣਾ ਨਹੀਂ ਆਇਆ। ਵਾਹਿਗੁਰੂ ਜੀ ਅਸੀਂ ਹਾਰ ਗਏ ਆ। ਸਾਡੇ ਬਸ ਦੀ ਖੇਡ ਨਹੀਂ। ਤੁਸੀਂ ਕਿਰਪਾ ਕਰੋ। ਹਰੀ ਪੂਰਨ ਜਦੋਂ ਮਨ ਅਤਿਅੰਤ ਨਿਮਰਤਾ ਵਿੱਚ ਗੁਰੂ ਦੇ ਅਗੇ ਸਮਰਪਿਤ ਹੋ ਜਾਵੇ। ਦੁਨਿਆਵੀ ਪ੍ਰਾਪਤੀਆਂ ਤੋਂ ਮਨ ਢੇਰੀਆਂ ਟਾ ਜਾਵੇ। ਅਸੇ ਹਟ ਜਾਵੇ। ਪ੍ਰਭੂ ਅਗੇ ਅਰਦਾਸ ਕਰੇ। ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਬਖਸ਼ਿਸ਼ ਕਰਦੇ ਨੇ। ਸਤਿਗੁਰੂ ਰਹਿਮਤ ਕਰੇ। ਜਿੰਨੀਕ ਮਤ ਗੁਰੂ ਪਾਤਸ਼ਾਹ ਨੇ ਵਰਤੀ ਹੈ ਬਖਸ਼ੀ ਹੈ ਜਿੰਨੀਕ ਮਤ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ ਉਨੀਕ ਮਤ ਅਨਸਾਰ ਤੁਛ ਜੀ ਮਤ ਅਨਸਾਰ ਇਹ ਗੁਰੂ ਕੀ ਵਿਚਾਰ ਜਿੰਨੀਕ ਸਮਝਾਈ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਿਹਾ ਹਾਂ ਇਹ ਤਾਂ ਪ੍ਰਤੀ ਤੁਹਾਡੇ ਘਰ ਪਹੁੰਚਦਾ ਹਾਂ ਬਿਆਨਤ ਕੋਲਾ ਨੇ ਇਸ ਵਿੱਚ ਬਹੁਤ ਕਮਜ਼ੋਰੀਆਂ ਨੇ ਕਿ ਮੈਂ ਕਿਹੜਾ ਕੋਈ ਪਰਫੈਕਟ ਹੈ ਨਾ ਹੀ ਕੋਈ ਪਰਫੈਕਟ ਰੱਬ ਨੇ ਪੈਦਾ ਕੀਤਾ ਜਿੰਨੀਕ ਸਮਝ ਆਈ ਹੈ ਤੁਹਾਡੇ ਨਾਲ ਸੰਝੀ ਕਰ ਰਿਹਾ ਹਾਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਮੰਨ ਲੈਣਾ ਜੇ ਨਹੀਂ ਚੰਗੀ ਲੱਗਦੀ ਇਗਨੋਰ ਕਰ ਲੈਣਾ ਜਿਹੜੇ ਗੁਰੂ ਦੇ ਸਿਧਾਂਤ ਮੰਨਾਂਗੇ ਉਦਾਸਰ ਸਾਡੇ ਘਰ ਵਿੱਚ ਸਾਡੇ ਬੱਚਿਆਂ ਵਿੱਚ ਪਵੇਗਾ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਫੇਰ 1026 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨਮੁਖ ਗੁਰੂ ਕੀਤੇ ਗੁਰਸਿੱਖਾਂ ਦੀ ਚਾੱਕਰੀ ਕਰਨ ਵਾਸਤੇ ਪਹੁੰਚਾਂਗਾ ਸਤਿ ਆਕ੍ਰਿ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ